ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਜੁਗਾੜ ਲਗਾ ਕੇ ਰਿਕਸ਼ੇ ਰੇੜੀਆਂ ਜਾਂ ਕੋਈ ਵੀ ਵਾਹਨ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਪੁਲਿਸ ਕਰ ਰਹੀ ਹੈ ਸਖਤ ਕਾਰਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਬੇਸ਼ੱਕ ਪੰਜਾਬ ਵਿੱਚ ਵਿਦਆਊਟ ਨੰਬਰ ਪਲੇਟ ਕਈ ਜੁਗਾੜੂ ਵਾਹਨ ਤਿਆਰ ਕੀਤੇ ਜਾ ਰਹੇ ਨੇ ਅਤੇ ਪੰਜਾਬ ਦੇ ਲੁਧਿਆਣਾ ਵਿੱਚ ਇਹ ਜੁਗਾੜੂ ਵਾਹਨ ਬਹੁਤ ਹੀ ਧੜੱਲੇ ਨਾਲ ਤਿਆਰ ਹੋ ਰਹੇ ਨੇ, ਜਿਸ ਦੀਆਂ ਲਾਈਵ ਤਸਵੀਰਾਂ ਤੁਸੀਂ ਇਸ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਬਿਨਾਂ ਨੰਬਰ ਪਲੇਟ ਤੋਂ ਕਈ ਵਾਹਨ ਖੜ੍ਹੇ ਹੋਏ ਨੇ ਕਤਾਰਾਂ ਵਿੱਚ ਅਤੇ ਸੈਂਕੜਿਆਂ ਦੀ ਤਾਦਾਦ ਵਿੱਚ ਇਹਨਾਂ ਨੂੰ ਸਟੋਰ ਕਰਕੇ ਵੀ ਰੱਖਿਆ ਹੋਇਆ ਹੈ, ਜਿਸ ਵਿੱਚ ਫੀਡਰ ਇੰਜਨ ਤੋਂ ਇਲਾਵਾ ਮਾਲ ਢੋਣ ਵਾਲਾ ਵਾਹਨ ਵੀ ਬਣਾਇਆ ਗਿਆ ਹੈ। ਜਦੋਂ ਸਾਡੇ ਰਿਪੋਰਟਰਸ ਨੇ ਇਸ ਜਗ੍ਹਾ ਦੀ ਲਾਈਵ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਉੱਥੇ ਦੇ ਕਰਿੰਦਿਆਂ ਨੇ ਮਾਲਕ ਨੂੰ ਦੱਸ ਕੇ ਫਟਾਫਟ ਦੁਕਾਨ ਬੰਦ ਕਰ ਦਿੱਤੀ ਅਤੇ ਉੱਥੋਂ ਭੱਜ ਗਏ। ਉੱਥੇ ਹੀ ਜਦੋਂ ਸਾਡੀ ਟੀਮ ਦੇ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਵਹੀਕਲਸ ਉੱਤੇ ਬਹੁਤ ਜਲਦ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਹਨਾਂ ਕਿਹਾ ਕਿ ਇਹ ਸਭ ਬਿਨਾਂ ਰਜਿਸਟ੍ਰੇਸ਼ਨ ਤੋਂ ਚੱਲ ਰਹੇ ਨੇ, ਜਿਸ ਦੇ ਸੰਬੰਧ ਵਿੱਚ ਸੰਬੰਧਿਤ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਤਾਂ ਜੋ ਇਹਨਾਂ ਨੂੰ ਇਨਪਾਊਂਡ ਕਰ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾ ਸਕੇ। ਕਾਫ਼ੀ ਇਸ ਤਰੀਕੇ ਕੀ ਸ਼ਿਕਾਇਤਾਂ ਆ ਰਹੀ ਥੀ ਕਿ ਕੁਛ ਲੋਕੋ ਨੇ ਜੋ ਆਪਣੀ ਮੋਟਰਸਾਈਕਲਸ ਹੈ ਉਨਕੋ ਮੋਡੀਫਾਈ ਕਰਕੇ ਪੀਛੇ ਸੇ ਕਾਟ ਕੇ ਉਨਕੇ ਪੀਛੇ ਇੱਕ ਗਾੜੀ ਅਟੈਚ ਕਰ ਲਈ ਹੈ, ਜਿਸ ਸੇ ਕਿ ਉਸਕੋ ਮਾਲ ਢੋਨੇ ਮੇਂ ਉਹ ਯੂਜ਼ ਕਰ ਰਹੇ ਹੈ। ਤੋ ਇਸਮੇਂ ਸੈਕਿੰਡ ਹੈਂਡ ਮੋਟਰਸਾਈਕਲ ਯੂਜ਼ ਕਰ ਰਹੇ ਥੇ। ਕਾਫ਼ੀ ਮੋਟਰਸਾਈਕਲ ਕੀ ਜੋ ਚੋਰੀਓਂ ਕੀ ਵਾਰਦਾਤਾਂ ਹੋਤੀ ਹੈ ਉਨਮੇਂ ਮੋਟਰਸਾਈਕਲ ਜੋ ਚੋਰੀ ਵਾਲੀ ਹੈ ਉਸਮੇਂ ਉਸਕਾ ਨੰਬਰ ਵਗੈਰਾ ਮਿਟਾ ਕੇ ਕਰਕੇ ਉਸ ਪਰ ਗਾੜੀ ਰੇੜ ਜਿਸਕੋ ਪੀਟਰ ਰੇੜਾ ਟਾਈਪ ਕਾ ਜੁਗਾੜ ਟਾਈਪ ਕਾ ਕੀ ਕਹਿਤੇ ਹੈ ਵੋ ਬਣਾ ਲੇਤੇ ਥੇ। तो उसको अभी हम लोगों ने पूरी तरीके से उस पर पाबंदी लगाई है और उसमें जो है CRPC 144 CRPC के तहत ऑर्डर भी किए हैं, जिसमें कि इस तरीके के कोई भी मॉडिफाइड व्हीकल को अगर कोई यूज़ करता है उस पर पाबंदी है और उसमें 188 IPC की धारा के तहत उसमें मुकदमा दर्ज करके उनको सजा भी हो सकती है। हाँ, जो मेन कसूरवार हैं वो तो जो वर्कशॉप ओनर्स हैं, जो मैकेनिक हैं, जो इसको बनाते हैं वो हैं, तो उनके खिलाफ भी कार्रवाई होगी और जो यूज़ कर रहे होंगे उनके खिलाफ भी कार्रवाई होगी। इसमें यही है कि जो मोटर व्हीकल एक्ट है उसमें जो कंपनी की तरफ से गाड़ी जो निकलती है उसी तरीके से उसका ही प्रयोग करें और किसी को अगर माल ढोने के लिए गाड़ी चाहिए तो उस तरीके की गाड़ी खरीदें जिस जो कि कंपनी से ऑथराइज्ड है, जिस पर रजिस्ट्रेशन नंबर, इंजन नंबर, चेसिस नंबर लगा होता है। किसी तरीके की मॉडिफाइड व्हीकल को जब हम लोग करते हैं तो उससे एक तो चोरियों की वारदातें बढ़ती हैं, दूसरा इससे एक्सीडेंट्स होने का खतरा बना रहता है और उस दिशा में कोई, क्योंकि इनके ऊपर रजिस्ट्रेशन नंबर नहीं होता है तो उसको ट्रेस करना भी बहुत मुश्किल हो पाता है। ਗੁਰਪਿਆਰਿਓ, ਪੰਜਾਬ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਅਜਿਹੇ ਜੁਗਾੜੂ ਵਾਹਨ ਨਜ਼ਰ ਆ ਜਾਣਗੇ ਜੋ ਵੇਖਣ ਨੂੰ ਰਿਕਸ਼ੇ ਜਾਂ ਰੇੜੀ ਵਰਗੇ ਲੱਗਦੇ ਨੇ ਪਰ ਉਹਨਾਂ ਦੇ ਅੰਦਰ ਇੰਜਣ ਲੱਗੇ ਹੁੰਦੇ ਨੇ ਤੇ ਉਹਨਾਂ ਨੂੰ ਲੋਕੀ ਭਜਾਈ ਫਿਰਦੇ ਨੇ ਸੜਕਾਂ ਉੱਤੇ, ਜਿਹਨਾਂ ਦੀ ਨਾ ਕੋਈ RC ਹੁੰਦੀ ਹੈ, ਨਾ ਕੋਈ ਪੋਲਿਊਸ਼ਨ ਅਤੇ ਨਾ ਹੀ ਕੋਈ ਇੰਸ਼ੋਰੈਂਸ। ਹੁਣ ਵੇਖਣਾ ਇਹ ਹੋਵੇਗਾ ਕਿ ਲੁਧਿਆਣਾ ਪੁਲਿਸ ਨੇ ਜੋ ਮੁਹਿੰਮ ਛੇੜੀ ਹੈ ਇਹ ਸਿਰਫ ਲੁਧਿਆਣੇ ਦੇ ਵਿੱਚ ਹੀ ਸੀਮਿਤ ਰਹਿੰਦੀ ਹੈ ਜਾਂ ਪੂਰੇ ਪੰਜਾਬ ਦੀ ਪੁਲਿਸ ਇਸ ਦੇ ਉੱਤੇ ਕੋਈ ਕਾਰਵਾਈ ਕਰਦੀ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।